ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਰੋ, ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਿੱਖ ਧਰਮ ਦੇ ਵਿੱਚ ਬੀਬੀਆਂ ਨੂੰ ਬਰਾਬਰੀ ਦਾ ਹੱਕ ਹੈ, ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਿੱਖ ਬੀਬੀਆਂ ਬਾਹਰਲੇ ਮੁਲਕਾਂ ਦੀ ਧਰਤੀ 'ਤੇ ਵੀ ਪਬਲਿਕ ਲਾਈਫ ਦੇ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਬੀਬੀ ਸਰਬਜੀਤ ਕੌਰ ਚੀਮਾ ਜੀ ਨਾਲ ਮਿਲਾਉਣ ਜਾ ਰਹੇ ਹਾਂ, ਜਿਹੜੇ ਨਿਊ ਹੈਵਨ ਸਕੂਲ ਡਿਸਟ੍ਰਿਕਟ ਬੋਰਡ ਆਫ ਟਰੱਸਟੀ ਦੀ ਚੋਣ ਦੁਬਾਰਾ ਤੋਂ ਜਿੱਤੇ ਹਨ। ਬੀਬੀ ਸਰਬਜੀਤ ਕੌਰ ਚੀਮਾ ਅੰਮ੍ਰਿਤਧਾਰੀ ਸਿੰਘਣੀ ਹਨ ਅਤੇ ਬੇ ਏਰੀਆ ਦੀ ਸਿੱਖ ਕਮਿਊਨਿਟੀ ਦੇ ਅੱਡ ਅੱਡ ਮਸਲਿਆਂ ਬਾਰੇ ਵੀ ਹਮੇਸ਼ਾ ਹੀ ਐਕਟਿਵ ਰੋਲ ਕਰਦੇ ਹਨ ਅਤੇ ਸਾਡਾ ਹੁਣ ਲਾਈਨ 'ਤੇ ਵੀ ਜੁੜ ਚੁੱਕੇ ਨੇ ਬੀਬੀ ਸਰਬਜੀਤ ਕੌਰ ਚੀਮਾ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਟੀਵੀ 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ 'ਤੇ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੈਕਿੰਡਲੀ ਭੈਣ ਜੀ, ਸਾਨੂੰ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ, ਕਿਉਂਕਿ ਤੁਸੀਂ ਕਾਫੀ ਸਿੰਘਣੀ ਬੀਬੀਆਂ ਦੇ ਤੁਸੀਂ ਮਾਣ ਵਾਲੇ ਹੋ, ਤੁਸੀਂ ਉਹਨਾਂ ਨੇ ਰੋਲ ਮਾਡਲ ਹੋ। ਆਲਸੋ ਟੀਵੀ 84 ਦੀ ਟੀਮ ਵੱਲੋਂ ਅਤੇ ਸਾਰੇ ਦਰਸ਼ਕਾਂ ਵੱਲੋਂ ਵੀ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਤੁਸੀਂ ਇਹ ਚੋਣ ਜਿੱਤੇ ਹੋ। ਐਂਡ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਪਿਛੋਕੜ ਵਾਲੇ ਜਾਣਨਾ ਚਾਹਾਂਗੇ, ਆਲਸੋ ਇਹਦੇ ਨਾਲ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਇਸ ਪਾਸੇ ਤੁਹਾਡੀ ਦਿਲਚਸਪੀ ਕਿਵੇਂ ਹੋਈ। ਹਾਂਜੀ, ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ, ਟੀਵੀ 84 ਦੇ ਦਰਸ਼ਕਾਂ ਨੂੰ ਤੇ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਮੇਰਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਇਸ ਜਿਹੜਾ ਮਾਧਿਅਮ ਹੈਗਾ ਤੁਸੀਂ ਮੈਨੂੰ ਦਿੱਤਾ ਹੈਗਾ ਕਿ ਮੈਂ ਆਪਣੇ ਲੋਕਾਂ ਦੇ ਨਾਲ ਗੱਲਬਾਤ ਕਰ ਸਕਾਂ। ਹਾਂਜੀ, ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਤੇ ਮੈਨੂੰ ਤੁਹਾਡੀ ਜਿਹੜੀ ਇਸ ਗੱਲ ਤੇ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਇੱਕ ਹੋਰ ਬੀਬੀ ਹੋਣ ਦੇ ਨਾਤੇ ਤੁਸੀਂ ਕਾਫੀ ਸੋਹਣੇ ਸੋਹਣੇ ਕੁਐਸਚਨ ਮੈਨੂੰ ਆਲਰੇਡੀ ਪੋਜ਼ ਕੀਤੇ ਹੈਗੇ ਨੇ। ਥੈਂਕ ਯੂ। ਤੇ ਸਭ ਤੋਂ ਪਹਿਲਾਂ ਮੈਂ ਇਹ ਦੱਸਦੀ ਆ ਵੀ ਮੈਂ ਜਿਹੜੀ ਆ ਕਿੱਤੇ ਵਜੇ ਸਿਵਲ ਇੰਜੀਨੀਅਰ ਹੈਗੀ ਆ ਜੀ, ਤੇ ਅਸੀਂ 91 ਦੇ ਵਿੱਚ ਇੱਥੇ ਆਏ ਸੀ ਕੈਲੀਫੋਰਨੀਆ ਦੇ ਵਿੱਚ। ਹਾਂਜੀ, ਤੇ ਇੱਥੇ ਯੂਨੀਵਰਸਿਟੀ ਦੇ ਵਿੱਚ ਹੀ ਆਏ ਸੀ ਤੇ ਅਸੀਂ, ਸਾਨੂੰ ਇਹੀ ਇਲਾਕਾ ਬਹੁਤ ਚੰਗਾ ਲੱਗਿਆ ਸਨ ਉਹਦੇ ਕੋਲੇ ਫ੍ਰੀਮੌਂਟ ਯੂਨੀਵਰਸਿਟੀ, ਤੇ ਮੈਂ ਸਮਝਦੀ ਆ ਵੀ ਸਾਡੀ ਗੁਰੂ ਮਹਾਰਾਜ ਨੇ ਕੋਈ ਸ਼ਾਇਦ ਡਿਊਟੀ ਵੀ ਲਾਈ ਸੀ ਇੱਥੇ। ਤੇ ਸੋ ਸਾਡੇ ਮੇਰੇ ਬੱਚੇ ਨੇ, ਤਿੰਨ ਮੇਰੇ ਬੇਟੇ ਨੇ ਯੂਨੀਵਰਸਿਟੀ ਚ ਪੜ੍ਹਦੇ, ਕਾਲਜ ਵਿੱਚ ਪੜ੍ਹਦੇ ਹੈਗੇ ਨੇ। ਹਾਂਜੀ, ਤੇ ਮੈਂ ਪਿੱਛੋਂ ਜਿਹੜੀ ਸੀ ਉੱਥੇ ਮੈਥਮੈਟਿਕਸ ਦੀ MSc ਕੀਤੀ ਹੋਈ ਸੀ, ਪਹਿਲਾਂ BSc ਨਾਨ ਮੈਡੀਕਲ ਕਰਕੇ, ਤੇ ਮੈਂ ਟੀਚਰ ਸੀਗੀ ਤੇ ਮੇਰੇ ਹਸਬੈਂਡ ਜਿਹੜੇ ਸੀ ਉਹ ਗੁਰੂ ਸਰ ਸੁਧਾਰ ਕਾਲਜ ਦੇ ਵਿੱਚ ਪ੍ਰੋਫੈਸਰ ਸੀ ਪੰਜਾਬੀ ਲੈਂਗੁਏਜ ਦੇ ਜੀ। ਤੇ ਸੋ ਇੱਥੇ ਆ ਕੇ ਫਿਰ ਜਦੋਂ ਅਸੀਂ ਦੇਖਿਆ, ਜਿਵੇਂ ਆਪਾਂ ਸਾਰੇ ਮਹਿਸੂਸ ਕਰਦੇ ਹਾਂ ਕਿ ਤੁਸੀਂ ਬੜੇ ਆਪਣੀ ਅਣਹੋਂਦ ਮਹਿਸੂਸ ਕਰਦੇ ਹੋ ਕਮਿਊਨਿਟੀ ਦੀ, ਤੁਸੀਂ ਸੋਚਦੇ ਹੋ ਵੀ ਅਸੀਂ ਬੜੇ ਆਈਸੋਲੇਟਡ ਅਲੱਗ ਥਲੱਗ ਜੇ ਪੈ ਗਏ ਇੱਥੇ, ਥੋੜੀ ਜੀ ਸਟ੍ਰੇਂਜ ਮਹਿਸੂਸ ਕਰਦੇ ਹੋ। ਅਸੀਂ ਵੀ ਉੱਥੇ ਸਾਰੇ ਜਿਹੜੇ ਹੈਗੇ ਸਫ਼ਰ ਦੇ ਵਿੱਚੋਂ ਗੁਜ਼ਰੇ ਜੀ, ਤੇ ਉਹਦੇ ਨਾਲ ਫਿਰ ਸਾਨੂੰ ਇਹ ਬਹੁਤ ਮਹਿਸੂਸ ਹੋਇਆ ਕਿ ਕਮਿਊਨਿਟੀ ਦੀ ਆਪਣੀ ਦੀ ਘਾਟ, ਮਿਲਣਾ ਗੁਲਣਾ, ਫਿਰ ਸਾਡੇ ਕੋਲ ਗੁਰਦੁਆਰਾ ਸਾਹਿਬ ਸੀ ਜਿਹੜੇ ਸਾਡੇ ਕੋਲ, ਉਹੀ ਇੱਕ ਮਾਧਿਅਮ ਸੀਗਾ। ਹਾਂਜੀ, ਤੇ ਸੋ ਮੇਰੇ ਬੱਚੇ ਜਦੋਂ ਪੜ੍ਹ ਰਹੇ ਸੀਗੇ, ਕਿਉਂਕਿ ਮੇਰੀ ਜਿਹੜੀ ਬੈਕਗਰਾਉਂਡ ਸੀ ਉਹ ਟੀਚਿੰਗ ਦੇ ਵਿੱਚ ਸੀਗੀ ਪਿੱਛਿਓਂ, ਤੇ ਮੈਨੂੰ ਹੋਰ ਕੋਈ ਕਿੱਤਾ ਕਰਨਾ ਨਹੀਂ ਆਉਂਦਾ ਸੀ, ਪਰ ਫਿਰ ਮੈਂ ਥੋੜੀਆਂ ਇੱਥੇ ਕਲਾਸਾਂ ਲਈਆਂ ਤੇ ਆਈ ਵਾਜ਼ ਏਬਲ ਟੂ ਪਾਸ ਕੈਲੀਫੋਰਨੀਆ ਜਿਹੜਾ ਲਾਇਸੈਂਸਿੰਗ ਐਗਜ਼ਾਮ ਹੁੰਦਾ ਸੀ ਇੰਜੀਨੀਅਰ ਦੇ ਵਾਸਤੇ, ਉਹ ਮੈਂ ਪਾਸ ਕਰ ਲਿਆ ਤੇ ਫਿਰ ਮੈਂ ਹੌਲੀ ਹੌਲੀ ਉਸ ਤਰ੍ਹਾਂ ਫਿਰ ਮੈਂ ਇੰਜੀਨੀਅਰ ਬਣ ਗਈ। ਫਿਰ ਮੈਂ ਜਿਹੜੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਿਹੜਾ ਹੈਗਾ ਕੈਲੀਫੋਰਨੀਆ ਦੇ, ਹਾਈਵੇ ਦੇ ਬ੍ਰਿਜਸ ਸਾਰੇ ਬਣਾਉਂਦੇ ਹੈਗੇ ਆ ਪਬਲਿਕ ਵਰਕਸ ਵਰਕ, ਉਹਦੇ ਵਿੱਚ ਮੈਂ ਸਿਵਲ ਇੰਜੀਨੀਅਰ ਹੈਗੀ ਹਾਂ ਤੇ ਮੇਰਾ 16 ਸਾਲ ਆ ਤੇ ਮੈਂ ਬੜੀ ਖੁਸ਼ ਹਾਂ। ਹਾਂਜੀ, ਪਰ ਜਿਹੜਾ ਮੇਰਾ ਸੈਕੰਡ ਸ਼ੌਂਕ ਸੀਗਾ, ਜਿਹੜੀ ਮੇਰੀ ਬੈਕਗਰਾਉਂਡ ਸੀ ਐਜੂਕੇਸ਼ਨ ਦੀ, ਉਹ ਮੈਂ ਕਦੇ ਵੀ ਭੁੱਲੀ ਨਹੀਂ ਸੀਗੀ ਜੀ। ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ, ਮਤਲਬ ਪੰਜਾਬੀ ਸਕੂਲ ਜਿਹੜਾ ਸੀਗਾ 92 ਦੇ ਵਿੱਚ ਬੜੀ ਘੱਟ ਸੀ ਕਮਿਊਨਿਟੀ, ਉਹ ਬਹੁਤ ਛੋਟਾ ਜਿਹਾ ਸੀ, ਉਹਨੂੰ ਫਿਰ ਕਾਫੀ ਅਸੀਂ ਚਲਾਇਆ ਨਵੇਂ ਤੌਰ ਤੇ, ਉਹਨੂੰ ਫਾਰਵਰਡ ਕੀਤਾ ਕਾਫੀ, ਤੇ ਮੇਰੇ ਬੱਚੇ ਵੀ ਆਪਣੇ ਪੜ੍ਹ ਰਹੇ ਸੀ, ਤੇ ਉਸਦੇ ਨਾਲ ਨਾਲ ਫਿਰ ਮੈਂ ਆਪਣੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਵਾਲੰਟੀਅਰ ਕਰਨ ਜਾਂਦੀ ਸੀ। ਹਾਂਜੀ, ਤੇ ਉਹਦੇ ਨਾਲ ਫਿਰ ਮੈਨੂੰ ਇਹ ਵੀ ਸ਼ੌਂਕ ਸੀਗਾ ਵੀ ਮੈਂ ਇੱਥੋਂ ਦਾ ਜਿਹੜਾ ਐਜੂਕੇਸ਼ਨ ਸਿਸਟਮ ਨੂੰ ਸਮਝਾਂ ਤੇ ਦੇਖਾਂ। ਹਾਂਜੀ, ਸੋ ਉਹ ਕਿਉਂਕਿ ਕੋਈ ਵੀ ਕਿਸੇ ਵੀ ਕੌਮ ਦੀ ਜਿਹੜੀ ਉਹ ਸਟਰੈਂਥ ਹੈਗੀ ਆ ਜਾਂ ਉਹਦੀ ਫਾਊਂਡੇਸ਼ਨ ਹੈਗੀ ਆ, ਨੀਂਹ ਤੁਸੀਂ ਕਹਿੰਦੇ ਹੋ, ਮੈਂ ਸਮਝਦੀ ਹਾਂ ਵੀ ਜਿਹੜਾ ਉੱਥੋਂ ਦਾ ਵਿਦਿਅਕ ਢਾਂਚਾ ਉਹਦੇ ਵਿੱਚ ਬਹੁਤ ਸਾਰਾ ਵੱਡਾ ਹਿੱਸਾ ਪਾਉਂਦਾ ਵਾ। ਤੇ ਸੋ ਮੈਂ, ਹਾਂਜੀ, ਫਿਰ ਮੈਂ ਮਤਲਬ ਸਕੂਲਾਂ ਦੇ ਵਿੱਚ ਕਾਫੀ ਜਿਹੜੀ ਸੀ ਇਨਵੋਲਵ ਰਹਿੰਦੀ ਸੀ ਟੀਚਰਾਂ ਦੇ ਨਾਲ ਵਾਲੰਟੀਅਰ ਕਰਨਾ। ਹਾਂਜੀ, ਤੇ ਉਹਦੇ ਨਾਲ ਕੀ ਹੋਇਆ, ਹੌਲੀ ਹੌਲੀ 10 ਸਾਲ ਸਾਨੂੰ ਹੋਏ 91 ਤੋਂ, ਤਾਂ 92 ਦੇ ਵਿੱਚ ਕੀ ਹੋਇਆ ਕਿ 9/11 ਹੋ ਗਿਆ। ਹਾਂਜੀ, ਤੇ ਐਸ ਵੀ ਆਲ ਨੋ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਸਾਰੇ ਅਮੈਰੀਕਾ ਦੇ ਜਿਹੜੇ ਅਸੀਂ ਹੈਗੇ ਆ ਸਿਟੀਜ਼ਨ, ਸਾਰੇ ਚੇਂਜ ਹੋਏ, ਸੋਚਿਆ ਵੀ ਇਹ ਕੀ ਬਣਿਆ ਜੀ। ਤੇ ਸੋ ਉਹਦੇ ਨਾਲ ਮੈਨੂੰ ਫਿਕਰ ਹੋਇਆ, ਮੇਰੇ ਬੱਚੇ ਜਿਹੜੇ ਸੀਗੇ ਤਿੰਨੇ ਮਤਲਬ ਪਟਕੇ ਪਾਉਂਦੇ ਸੀ, ਦਸਤਾਰ ਬੰਨਦੇ ਸੀਗੇ। ਹਾਂਜੀ, ਤੇ ਮੈਨੂੰ ਫਿਰ ਹੋਰ ਵੀ ਜ਼ਿਆਦਾ ਫਿਕਰ ਹੋ ਗਿਆ ਵੀ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ ਜਾਂ ਸਕੂਲ 'ਚ ਕੋਈ ਪ੍ਰੋਬਲਮ ਨਾ ਹੋਵੇ। ਹਾਂਜੀ, ਤਾਂ ਫਿਰ ਮੈਂ ਹੋਰ ਜ਼ਿਆਦਾ ਐਕਟਿਵ ਹੋ ਗਈ, ਤੇ ਉਸ ਤੋਂ ਬਾਅਦ ਮੈਂ ਜਿਹੜਾ ਹੈਗਾ ਸਿਟੀ ਦੇ ਵਿੱਚ ਇੰਟਰਫੇਥ ਕਮਿਊਨਿਟੀ ਸੀ ਜਿਹੜੀ, ਉਹਦੇ ਵਿੱਚ ਵੀ ਜ਼ਿਆਦਾ ਐਕਟਿਵ ਹੋ ਗਈ। ਤੇ ਫਿਰ ਮੈਂ ਆਪਣਾ
ਹਿਊਮਨ ਰਿਲੇਸ਼ਨ ਕਮਿਸ਼ਨ ਤੇ ਵੀ 5 ਸਾਲ ਸਰਵ ਕੀਤਾ ਜੀ ਤੇ ਉਹ ਸਾਰੇ ਪ੍ਰੋਸੈਸ ਦੌਰਾਨ ਕਿਉਂਕਿ ਮੇਰੀ ਜਿਹੜੀ ਪਿੱਛੋਂ ਐਜੂਕੇਸ਼ਨ ਸੀ ਸਾਰੀ ਸਾਇੰਸ ਦੀ ਸੀਗੀ ਹਾਂਜੀ ਮੈਂ ਕਦੇ ਵੀ ਪਾਰਟਿਸਿਪੇਟ ਨਹੀਂ ਕੀਤਾ ਸੀ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਅਤੇ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਪੋਲੀਟੀਕਲ ਪ੍ਰੋਸੈਸ ਤੇ ਜਾਊਂਗੀ ਤੇ ਉਹਦੇ ਨਾਲ ਇਹ ਨੈਚੁਰਲੀ ਇਸ ਤਰ੍ਹਾਂ ਦੀ ਮੇਰੀ ਜਿਹੜੀ ਜਦੋਂ ਪਾਰਟੀਸਿਪੇਸ਼ਨ ਹੋਈ ਤਾਂ ਲੋਕਾਂ ਨੇ ਜਿਹੜੇ ਲੋਕਲ ਸਿਟੀ ਦੇ ਲੋਕ ਸੀਗੇ ਅਮੇਰੀਕਨ ਉਹਨਾਂ ਨੇ ਜਦੋਂ ਮੇਰੇ ਜਿਹੜੇ ਵਿਚਾਰ ਸੁਣੇ ਜਾਂ ਮੇਰੀ ਜਿਹੜੀ ਇਨਪੁਟ ਸੀ ਡਿਊਰਿੰਗ ਦ ਮੀਟਿੰਗ ਲਈ ਹਾਂਜੀ ਸੋ ਉਹਨਾਂ ਨੇ ਫਿਰ ਮੈਨੂੰ ਆਪ ਹੀ ਕਹਿਣਾ ਸ਼ੁਰੂ ਕਰਤਾ ਕਿ ਯੂ ਸ਼ੁਡ ਰਨ ਫਾਰ ਦ ਸਕੂਲ ਬੋਰਡ ਜੀ ਤੇ ਮੈਨੂੰ ਕੋਈ ਇੰਨਾ ਕੋਈ ਆਈਡੀਆ ਨਹੀਂ ਸੀਗਾ ਬਿਲਕੁਲ ਵੀ ਇਹ ਸਕੂਲ ਬੋਰਡ ਕੀ ਚੀਜ਼ ਹੈਗੀ ਪੋਲੀਟੀਕਲ ਪ੍ਰੋਸੈਸ ਐਂਡ ਆਲ ਦੈਟ ਸਟਫ ਜੀ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ 4,000 ਤੋਂ ਵੱਧ ਬੱਚੇ ਪੜ੍ਹਦੇ ਕਾਫੀ ਕੈਲੀਫੋਰਨੀਆ ਦਾ ਸਭ ਤੋਂ ਵੱਡੇ ਸਕੂਲਾਂ ਵਿੱਚ ਇੱਕ ਸਕੂਲ ਹੈਗਾ ਵਾ ਅਸੀਂ ਉੱਥੇ ਜਿਹੜੀ ਆ ਪੰਜਾਬੀ ਭਾਸ਼ਾ ਬਕਾਇਦਾ 4 ਲੈਵਲ ਆਨਰਸ ਜਿਹੜੀ ਕਿ ਪੂਰੀ ਕ੍ਰੈਡਿਟ ਮਿਲਦਾ ਉਹਨਾਂ ਨੂੰ ਸਾਰਾ ਜਿਹੜਾ ਯੂਸੀ ਦੇ ਵਿੱਚ ਤੇ ਸਟੇਟ ਸਿਸਟਮ ਦੇ ਵਿੱਚ ਉਹ ਵੀ ਅਸੀਂ ਸ਼ੁਰੂ ਕਰਾਇਆ ਜਿਹੜਾ ਕਿ ਬੜਾ ਸਕਸੈਸਫੁਲ 100 ਤੋਂ ਵੱਧ ਸਾਡੇ ਬੱਚੇ ਜਿਹੜੇ ਉਹਦੇ ਵਿੱਚ ਪੜ੍ਹਦੇ ਹੁੰਦੇ ਹਰ ਸਾਲ ਜੀ ਤੇ 8-9 ਸਾਲ ਹੋ ਗਏ ਨੇ ਉਹ ਵੀ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ ਵਾ ਸੋ ਫਿਰ ਮੈਂ ਮਤਲਬ ਜਦੋਂ ਇਹ ਨੈਚੁਰਲੀ ਫਿਰ ਮੈਨੂੰ ਲੋਕਾਂ ਨੇ ਕਿਹਾ ਸੋ ਦੈਨ ਆਈ ਕਾਇੰਡ ਆਫ ਜਦੋਂ ਮੈਂ ਆਈ ਫਾਈਲਡ ਮਾਈ ਪੇਪਰ ਨਾਟ ਨੋਇੰਗ ਐਨੀਥਿੰਗ ਪਰ ਦੈਨ ਵੀ ਡਿਡ ਵਰਕ ਹਾਰਡ ਕਿ ਅਸੀਂ ਲੋਕਾਂ ਦੇ ਨਾਲ ਘਰ ਘਰ ਜਾ ਕੇ ਜਿਹੜੀ ਮੇਰੇ ਫਰੈਂਡਸ ਸੀ ਥੋੜੀਆਂ ਜਿਹੀਆਂ ਪੀਟੀਏ ਦੀਆਂ ਸੀਗੀਆਂ ਜਿਹੜਾ ਮੇਰੇ ਨਾਲ ਸਰਵ ਕਰਦੀਆਂ ਸੀਗੀਆਂ ਸੋ ਫਿਰ ਮੈਨੂੰ ਮੈਂ ਜਿਹੜੀ ਦਸਤਾਰ ਵੀ ਅਸਲ ਵਿੱਚ 9/11 ਤੋਂ ਬਾਅਦ ਵਿੱਚ ਸਜਾਈ ਹੈਗੀ ਆ ਤੇ ਵੀ ਅੰਮ੍ਰਿਤਧਾਰੀ ਤੇ ਮੈਂ ਬਹੁਤ ਚਿਰਦੀ ਸੀ ਜਦੋਂ ਆਈ ਵਾਜ਼ ਇਨ ਕਾਲਜ ਇਨ ਇੰਡੀਆ ਜਿੱਦਾਂ ਬੀ ਐਸ ਸੀ ਚ ਪੜ੍ਹਦੀ ਸੀ ਮੈਂ ਉਦੋਂ ਦੀ ਅੰਮ੍ਰਿਤਧਾਰੀ ਸੀਗੀ ਤੇ ਪਰ 9/11 ਤੋਂ ਬਾਅਦ ਵਿੱਚ ਜਦੋਂ ਅਸੀਂ ਇੱਥੇ ਅਮੈਰੀਕਾ ਚ ਆਏ ਤਾਂ ਫਿਰ ਵੀ ਮੈਂ ਸੋਚਦੀ ਸੀਗੀ ਮੈਂ ਕਦੇ ਕਦੇ ਕੰਮ ਤੇ ਜਿਹੜੀ ਦਸਤਾਰ ਬਣ ਜਾਂਦੀ ਸੀ ਪੈਂਟ ਕਮੀਜ਼ ਦੇ ਨਾਲ ਕਿਉਂਕਿ ਮੈਨੂੰ ਸੌਖਾ ਲੱਗਦਾ ਸੀਗਾ ਪਰ ਮੈਂ ਗੁਰਦੁਆਰੇ ਵਿੱਚ ਨਹੀਂ ਸੀ ਕਦੇ ਵੀ ਬੰਦੀ ਫਿਰ ਲੋਕਾਂ ਨੂੰ ਨਹੀਂ ਪਤਾ ਸੀ ਮੈਂ ਦਸਤਾਰ ਬੰਨ ਲੈਂਦੀ ਹਾਂ ਤੇ ਫਿਰ ਆਫਟਰ 9/11 ਆਈ ਫੈਲਟ ਲਾਈਕ ਦਿਸ ਇਜ਼ ਦ ਟਾਈਮ ਟੂ ਐਜੂਕੇਟ ਪੀਪਲ ਕਿ ਮੇਰੀ ਦਸਤਾਰ ਮੈਂ ਬੰਨਾਂ ਫਿਰ ਮੈਂ ਦਸਤਾਰ ਸਜਾਉਣੀ ਸ਼ੁਰੂ ਕੀਤੀ ਹੈਗੀ ਤੇ ਉਹਦੇ ਨਾਲ ਫਿਰ ਮੈਨੂੰ ਬੜਾ ਵਧੀਆ ਜਿਹੜਾ ਮਤਲਬ ਇੱਕ ਕਾਇੰਡ ਆਫ ਜਿਹਨੂੰ ਪੋਸ ਦਾ ਕੁਐਸਚਨ ਲੋਕੀ ਪੁੱਛਦੇ ਸੀ ਤੂੰ ਤਾਂ ਵਿਮਨ ਹੈਗੀ ਹੈ ਤੇਰੇ ਕਾਹਤੋਂ ਪੱਗ ਬੰਨੀ ਹੈ ਰਾਈਟ ਵੀ ਅਸੀਂ ਬੰਦੇ ਤਾਂ ਦੇਖੇ ਹੈਗਾ ਸੋ ਇਟ ਗੇਵ ਮੀ ਦਾ ਓਪਰਚੁਨਿਟੀ ਟੂ ਐਕਸਪਲੇਨ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵਿਮਨ ਨੂੰ ਬੰਨ ਲੈਂਦੀ ਹੈ ਮੈਨੂੰ ਵੀ ਬੰਨ ਲੈਂਦੇ ਆ ਕਾਹਦੇ ਲਈ ਸਟਰਬਨ ਬੰਨਦੇ ਹੈਗੇ ਆ ਸੋ ਸੋ ਦੈਟ ਗੇਵ ਮੀ ਦਾ ਯੂ ਨੋ ਗੁੱਡ ਓਪਰਚੁਨਿਟੀ ਟੂ ਐਕਸਪਲੇਨ ਵਟ ਸਟਰਬਨ ਮੀਨਸ ਤੇ ਅਸੀਂ ਕਿਉਂ ਬੰਨਦੇ ਹੈਗੇ ਆ ਮੂਵਿੰਗ ਫਾਰਵਰਡ ਤੇ ਫਿਰ ਮਤਲਬ ਮੈਂ 2010 ਪਹਿਲਾਂ ਮੈਂ 2006 ਦੇ ਵਿੱਚ ਰਨ ਕੀਤਾ ਸੀਗਾ ਪਹਿਲੀ ਵਾਰੀ ਤੇ ਉਹਦੇ ਨਾਲ ਕੀ ਹੋਇਆ ਕਿ ਕਾਫੀ ਲੋਕਾਂ ਨੂੰ ਨਹੀਂ ਸੀ ਪਤਾ ਆਪਣੇ ਬਾਰੇ ਚ ਇੱਕ ਦੋ ਲੋਕਾਂ ਨੇ ਮੈਨੂੰ ਇਹ ਵੀ ਕਿਹਾ ਜਿੱਦਾਂ ਬਈ ਅਮੈਰੀਕਨ ਲੱਗੇਗੀ ਫਿਰ ਤੈਨੂੰ ਵੋਟਾਂ ਪਾਵਾਂਗੇ ਕੁਛ ਅਮੈਰੀਕਨ ਰਾਈਟ ਤੇ ਮੈਂ ਉਹਨਾਂ ਨੂੰ ਕਿਹਾ ਵੀ ਮਤਲਬ ਜਿਹਨੂੰ ਮਾਈ ਟਰਬਨ ਇਜ਼ ਮਾਈ ਰੀਜ਼ਨ ਟੂ ਰਨ ਫਾਰ ਦ ਇਲੈਕਸ਼ਨ ਸੋ ਆਈ ਸੈਡ ਨਾਓ ਇਫ ਆਈ ਡੋਨਟ ਗੈਟ ਇਲੈਕਟਡ ਦੈਟਸ ਫਾਈਨ ਕਿ ਮੈਂ ਬੰਨਣੀ ਨਹੀਂ ਹੈਗੀ ਮੈਂ ਦਸਤਾਰ ਨਹੀਂ ਹਟਾਉਣੀ ਪਰ ਜੇ ਹੈਗਾ ਵੀ ਮਤਲਬ ਮੈਂ ਆਈ ਹੈਡ ਅ ਵੈਰੀ ਗੁੱਡ ਕਨਵਰਸੇਸ਼ਨ ਹਾਰਟ ਫੈਲਟ ਕਨਵਰਸੇਸ਼ਨ ਵਿਦ ਦੋਜ਼ ਪੀਪਲ ਮੈਂ ਕਿਹਾ ਵੀ ਜੇ ਤੁਸੀਂ ਮੇਰੇ ਕੋਲੋਂ ਐਕਸਪੈਕਟ ਕਰੋਗੇ ਮੈਂ ਆਪਣੀ ਦਸਤਾਰ ਲਾਵਾਂ ਹਾਂਜੀ ਫਿਰ ਮੈਂ ਆਈ ਵਿਲ ਨਾਟ ਬੀ ਟਰੂਥਫੁਲ ਟੂ ਯੂ ਗਾਈਜ਼ ਐਂਡ ਆਈ ਵਿਲ ਨਾਟ ਬੀ ਟਰੂਥਫੁਲ ਟੂ ਮਾਈਸੈਲਫ ਕਿ ਮੇਰੇ ਲਈ ਬਹੁਤ ਈਜ਼ੀ ਆ ਮੈਂ ਦਸਤਾਰ ਲਾ ਕੇ ਪ੍ਰਟੈਂਡ ਕਰਾਂ ਵੀ ਮੈਂ ਮੋਰ ਅਮੈਰੀਕਨ ਲੱਗਦੀ ਹੈਗੀ ਆ ਪਰ ਮੈਂ ਕਿਹਾ ਇਹ ਸੱਚ ਨਹੀਂ ਹੋਣਾ ਹੈਗਾ ਸੋ ਈਦਰ ਯੂ ਡੂ ਆਰ ਨਾਟ ਦੈਟਸ ਫਾਈਨ ਜੀ ਬਿਲਕੁਲ ਬਟ ਦੈਨ ਯੂ ਨੋ ਦੋਸ ਪੀਪਲ ਆਲ ਦੋਸ ਪੀਪਲ ਦੇ ਚੇਂਜ ਦੇਅਰ ਹਾਰਟ ਐਂਡ ਦੇ ਹੈਡ ਹਾਈ ਰਿਸਪੈਕਟ ਫਾਰ ਮੀ ਨਾਓ ਆਈ ਕੈਨ ਸੇ ਕਿ ਉਹਨਾਂ ਸਾਰਿਆਂ ਨੇ ਫਿਰ ਮੈਨੂੰ ਦੁਬਾਰੇ ਕਿਹਾ ਨਹੀਂ ਤੂੰ ਦੁਬਾਰੇ ਟਰਾਈ ਕਰ ਤੂੰ ਦੁਬਾਰੇ ਰਨ ਕਰ ਮੈਂ ਕਿਹਾ ਮੈਂ ਨਹੀਂ ਰਨ ਕਰਨਾ ਦੁਬਾਰੇ ਇਟਸ ਨਾਟ ਵਰਥ ਇਟ ਇਸ ਕਿ ਮੈਂ ਇੰਨਾ ਟਾਈਮ ਟੈਲੈਂਟ ਦੁਬਾਰਾ ਕੁਛ ਲਾਉਣੀ ਆ ਐਂਡ ਯੂ ਗਾਈਜ਼ ਡੋਨਟ ਅੰਡਰਸਟੈਂਡ ਤੇ ਪਰ ਉਹਨਾਂ ਨੇ ਫਿਰ ਮਤਲਬ ਸੈਕਿੰਡ ਟਾਈਮ ਸੋ ਆਈ ਗਾਟ ਇਲੈਕਟਡ ਇਨ 2010 ਤੇ ਮੈਂ 4 ਸਾਲ ਹੁਣ ਪਹਿਲਾਂ ਪੂਰੇ ਕੀਤੇ ਆ ਤੇ ਉਸ ਤੋਂ ਬਾਅਦ ਇਹ ਹੁੰਦਾ ਵਾ ਪਹਿਲੀ ਵਾਰੀ ਲੋਕ ਕਾਫੀ ਚੇਂਜ ਦੇਖ ਦੇਖਣਾ ਮੰਗਦੇ ਆ ਪਰ ਦੂਜੀ ਵਾਰ ਮੇਰੀ ਹੁਣ ਰੀਇਲੈਕਸ਼ਨ ਹੋਈ ਆ ਇਟਸ ਰੀਲੀ ਐਨ ਆਨਰ ਕਿ ਲੋਕਾਂ ਨੇ ਜਿਹੜੇ ਮੇਰੇ ਪਿਛਲੇ 4 ਸਾਲ ਦਾ ਕੰਮ ਮੈਂ ਬੋਰਡ ਤੇ ਕੀਤਾ ਵਾ ਉਹਦੇ ਵਿੱਚ ਕਾਫੀ ਸਾਰੇ ਕੰਟਰੋਵਰਸ਼ੀਅਲ ਇਸ਼ੂ ਸੀ ਜਿਹਦੇ ਵਿੱਚ ਸਾਨੂੰ ਵੋਟ ਪਾਉਣੀ ਪੈਂਦੀ ਹੈ ਕੁਛ ਕਮਿਊਨਿਟੀ ਪੀਪਲ ਜਿਹੜੇ ਨੇ ਬਿਕਾਜ਼ ਦੇ ਡੋਨਟ ਸੀ ਦਾ ਬਿਗ ਪਿਕਚਰ ਉਹਨੂੰ ਪਤਾ ਨਹੀਂ ਹੁੰਦਾ ਤੇ ਉਹ ਸਮਝਦੇ ਵੀ ਸਾਡੇ ਪੱਖ ਦੀ ਵੋਟ ਨਹੀਂ ਪਾਈ ਏਦਾਂ ਨਹੀਂ ਕੀਤਾ ਉਦਾਂ ਨਹੀਂ ਕੀਤਾ ਹੈਗਾ ਜਿਹਨੂੰ ਉਹ ਤੁਹਾਡੇ ਟੈਂਗਰੀ ਹੋ ਜਾਂਦੇ ਆ ਦਸਤਾਰ ਰੱਖੀ ਹੋਈ ਕਿ ਨਹੀਂ
ਓ ਨੋ 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 ਦੇ ਇਲੈਕਟਡ ਮੀ ਵਿਦ ਮਾਈ ਦਸਤਾਰ ਸੋ ਦੇ ਪਹਿਲਾਂ ਮੈਨੂੰ ਦੱਸਦੇ 2006 ਦੇ ਵਿੱਚ ਕਹਿੰਦੇ ਸੀ ਤੁਸੀਂ ਦਸਤਾਰ ਲਾ ਦੋ ਫਿਰ ਇਲੈਕਟਡ ਕਰਾਂਗੇ ਹਨਾ ਹਾਂਜੀ ਈਵਨ ਸਮ ਆਫ ਦਾ ਅਵਰ ਕਮਿਊਨਿਟੀ ਮੈਂਬਰਸ ਦੇ ਟੋਲਡ ਮੀ ਕਿ ਉਹ ਕੋਈ ਫਰਕ ਨਹੀਂ ਪੈਂਦਾ ਤੂੰ ਦਸਤਾਰ ਲਾ ਦੇ ਮੈਂ ਕਿਹਾ ਨੋ ਦੈਟਸ ਨਾਟ ਦਾ ਕਿ ਮੈਂ ਇਦਾਂ ਮਖੌਲ ਥੋੜਾ ਪਾਤਰ ਥੋੜਾ ਬਣਦਾ ਬੰਦਾ ਹਨਾ ਵੀ ਚਲੋ ਜੀ ਹੁਣ ਜਿੱਤਣ ਲਈ ਇਲੈਕਸ਼ਨ ਤੇ ਆਪਾਂ ਦਸਤਾਰ ਲਾ ਦੇ ਤੁਸੀਂ ਪੂਰੀ ਪ੍ਰੋਪਰ ਸਿਗਨੀ ਦਾ ਲਾਈਕ ਕੰਮ ਕੀਤਾ ਬਿਕੋਜ਼ ਲਾਟ ਆਫ ਪੀਪਲ ਦੇ ਡੂ ਟੇਕ ਆਫ ਦੇ ਦਸਤਾਰਸ ਐਂਡ ਲਾਟ ਆਫ ਅਦਰ ਥਿੰਗਸ ਬਿਕੋਜ਼ ਆਫ ਫੀਲ ਕਰਦੇ ਕਿ ਉਹਨਾਂ ਨੂੰ ਚੰਗੀ ਪ੍ਰੋਪਰ ਜਾਬ ਮਿਲਦੀ ਪਈ ਆ ਪਰ ਤੁਸੀਂ ਸਾਡਾ ਸਿੱਖਮ ਦਾ ਮਾਨ ਸਾਡਾ ਸਿਰਫ ਹੋਰ ਵੀ ਫਖਰ ਦੇ ਨਾਲ ਉੱਚਾ ਕਰ ਦਿੱਤਾ ਕਿ ਤੁਸੀਂ ਇਹ ਕੰਮ ਜਿੱਤੇ ਵੀ ਹੋ ਤੁਸੀਂ ਸੈਕਿੰਡ ਟਾਈਮ ਜਿੱਤੇ ਹੋ ਤੁਸੀਂ ਆਪਣੇ ਦਸਤਾਰ ਦੇ ਨਾਲ ਆਪਣੇ ਪੂਰੇ ਪ੍ਰੋਪਰ ਆਈਡੈਂਟੀ ਦੇ ਨਾਲ ਤੁਸੀਂ ਲੋਕਾਂ ਨੂੰ ਵੀ ਅਵੇਅਰਨੈਸ ਕਰਵਾਈ ਸਪੈਸ਼ਲੀ ਵਾਈਟ ਕਮਿਊਨਿਟੀ ਦੇ ਵਿੱਚ ਵੀ ਅਵੇਅਰਨੈਸ ਕਰਵਾਈ ਸੋ ਥੈਂਕ ਯੂ ਸੋ ਮੱਚ ਫੋਰ ਦੈਟ ਸੋ ਭੈਣ ਜੀ ਆਪਣੇ ਕੋਲ ਇੱਕ 3-4 ਮਿੰਟ ਰਹਿ ਗਏ ਨੇ ਵਨ ਕੁਐਸਚਨ ਆਈ ਵਾਂਟ ਟੂ ਆਸਕ ਯੂ ਉਸ ਤੋਂ ਬਾਅਦ ਤੱਕ ਮੈਸੇਜ ਵੀ ਲਵਾਂਗੇ ਸਿੱਖ ਕਮਿਊਨਿਟੀ ਲਈ ਜਿਸ ਤਰ੍ਹਾਂ ਹੁਣ ਤੁਸੀਂ ਸੈਕਿੰਡ ਟਾਈਮ ਜਿੱਤੇ ਹੋ ਚੋਣਾ ਐਂਡ ਵਾਟ ਆਰ ਯੂਰ ਰਿਸਪੋਂਸਿਬਿਲਟੀਜ਼ ਇਨ ਦਿਸ ਫੀਲਡ ਰਿਸਪੋਂਸਿਬਿਲਿਟੀਜ਼ ਇਹ ਹੁੰਦੀਆਂ ਦੇਖੋ ਜਿਹੜਾ ਸਕੂਲ ਬੋਰਡ ਹੁੰਦਾ ਵਾਲੀ ਵਾਰੀ ਜਿਹੜੇ ਇੰਡੀਆ ਤੋਂ ਆਪਾਂ ਲੋਕ ਆਉਂਦੇ ਖਾਸ ਕਰਕੇ ਉਹਨਾਂ ਨੂੰ ਮਤਲਬ ਨਹੀਂ ਸਮਝ ਹੁੰਦੀ ਕਿਉਂਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਟਰਕਚਰ ਨਹੀਂ ਹੈਗੀ ਤੇ ਇਹਦੇ ਵਿੱਚ ਹੈਗਾ ਸਕੂਲ ਬੋਰਡ ਦਾ ਜਿਹੜਾ ਰੋਲ ਹੁੰਦਾ ਵਾ ਬਹੁਤ ਹੀ ਵਾਰੀ ਹੁੰਦਾ ਸਿਟੀ ਕਾਉਂਸਲ ਦੇ ਬਜਟ ਨਾਲੋਂ ਵੀ ਜ਼ਿਆਦਾ ਵੱਡਾ ਬਜਟ ਹੈਗਾ ਜਿਵੇਂ ਸਾਡੇ ਸਕੂਲ ਡਿਸਟ੍ਰਿਕਟ ਦੇ ਵਿੱਚ ਵੀ ਹੈਵ 13,000 ਕਿਡਸ ਹਾਂਜੀ ਵੀ ਆਰ ਰਿਸਪੋਂਸਿਬਲ ਫਾਰ ਆਲ ਦਾ ਪ੍ਰੋਗਰਾਮਸ ਕਿ ਉਹਨਾਂ ਨੂੰ ਅਸੀਂ ਉਹਨਾਂ ਨੂੰ ਓਵਰਸਾਈਟ ਕਰਦੇ ਹੈਗੇ ਆ ਜੀ ਸੋ ਸਾਡੀਆਂ ਦੋ ਤਿੰਨ ਮੇਨ ਰਿਸਪੋਂਸਿਬਿਲਿਟੀ ਹੁੰਦੀਆਂ ਕਿ ਅਸੀਂ ਜਿਹੜਾ ਇੱਕ ਸੁਪਰਿੰਟੈਂਡੈਂਟ ਹੁੰਦਾ ਵਾ ਜਿਹੜਾ ਕਿ ਉਹਨੂੰ ਅਸੀਂ ਹਾਇਰ ਕਰਨਾ ਵਾ ਤੇ ਉਹ ਫਿਰ ਸਾਰਾ ਜਿਹੜਾ ਸ਼ੋਅ ਰਨ ਕਰਦਾ ਜੋ ਕਲਾਸਰੂਮ ਦਾ ਟੀਚਰ ਹੈਗਾ ਬੱਚਿਆਂ ਨੂੰ ਇੱਦਾਂ ਸਮਝਾਉਣੀ ਹੁੰਦੀ ਆ ਟੀਚਰ ਦਾ ਜਿਹੜਾ ਬੋਸ ਆ ਪ੍ਰਿੰਸੀਪਲ ਆ ਪ੍ਰਿੰਸੀਪਲ ਦੇ ਬੋਸ ਹੋਰ ਇੱਕ ਦੋ ਲੇਅਰਸ ਹੁੰਦੀਆਂ ਡਾਇਰੈਕਟਰ ਹੁੰਦੇ ਆ ਉਹਨਾਂ ਦਾ ਬੋਸ ਸੁਪਰਿੰਟੈਂਡੈਂਟ ਹੁੰਦਾ ਸੁਪਰਿੰਟੈਂਡੈਂਟ ਦੇ ਬੋਸ ਜਿਹੜੇ ਸਕੂਲ ਬੋਰਡ ਮੈਂਬਰ ਹੁੰਦੇ ਨੇਗੇ ਸੋ ਜਿਹੜਾ ਕੁਛ ਅਸੀਂ ਜਿਹੜੇ ਲੀਡਰਸਨ ਹੁੰਦੇ ਆ ਕਮਿਊਨਿਟੀ ਦੇ ਵਿੱਚ ਤੇ ਸਕੂਲ ਸਿਸਟਮ ਦੇ ਵਿੱਚ ਹਾਂਜੀ ਸੋ ਜਿਹੜੀ ਕਮਿਊਨਿਟੀ ਨੂੰ ਲੱਗਦਾ ਵੀ ਸਾਡੇ ਸਕੂਲ ਸਾਡੀ ਸੁਣਵਾਈ ਨਹੀਂ ਹੋਈ ਸਾਡੇ ਬੱਚਿਆਂ ਨਾਲ ਆਹ ਪ੍ਰੋਬਲਮ ਹੋਈ ਆ ਜਾਂ ਇਸ ਤਰ੍ਹਾਂ ਹੋਇਆ ਕੋਈ ਵੀ ਗਲਤ ਗੱਲ ਹੋਈ ਆ ਸੋ ਦੇ ਕਮ ਟੂ ਦਾ ਬੋਰਡ ਸੋ ਦੈਟ ਵੀ ਕੈਨ ਸੈਟ ਦਾ ਡਾਇਰੈਕਸ਼ਨ ਆਫ ਦਾ ਹੋਲ ਸਕੂਲ ਡਿਸਟ੍ਰਿਕਟ ਕਿ ਉਹ ਜਿਹੜੀਆਂ ਉਹਨਾਂ ਦੀਆਂ ਜਿਹੜੀ ਪ੍ਰੋਬਲਮਸ ਇਹਨਾਂ ਨੂੰ ਜਿਹੜਾ ਐਡਰੈਸ ਕੀਤਾ ਜਾਵੇ ਸੋ ਇਹਦੇ ਚ ਇਹਦਾ ਬੜਾ ਇੰਪੋਰਟੈਂਟ ਰੋਲ ਹੈ ਜਿਵੇਂ ਪਹਿਲਾਂ ਮੈਂ ਦੱਸਿਆ ਸੀਗਾ ਵੀ ਐਜੂਕੇਸ਼ਨ ਜਿਹੜੀ ਬਹੁਤ ਇੰਪੋਰਟੈਂਟ ਹੈ ਜਿਹੜੀ ਅਸੀਂ ਪਾਲਿਸੀ ਇਸ ਬੇਸਿਕਲੀ ਪਾਲਿਸੀ ਮੇਕਿੰਗ ਰੋਲ ਹੁੰਦਾ ਵਾ ਜਿਹੜੀਆਂ ਪਾਲਿਸੀਜ਼ ਅਸੀਂ ਬਣਾਉਂਦੇ ਹਾਂ ਉਹਦੇ ਵਿੱਚ ਸਾਰੇ ਹੀ ਸਟੂਡੈਂਟਸ ਦੀ ਜਿਹੜੀ ਭਲਾਈ ਦੇ ਕੰਮ ਜਾਂ ਜਿਹੜੇ ਸਟੇਟ ਦੇ ਜਾਂ ਫੈਡਰਲ ਗਵਰਨਮੈਂਟ ਦੇ ਲਾਅ ਉਹਨਾਂ ਨੂੰ ਇੰਪਲੀਮੈਂਟ ਕਰਨਾ ਉਹਨਾਂ ਲਈ ਕਰਦੇ ਹਾਂ ਸਾਡੇ ਸਕੂਲ ਡਿਸਟ੍ਰਿਕਟ ਵਿੱਚ ਅਰਾਊਂਡ 2,000 ਸਟੂਡੈਂਟ ਸਾਡੇ ਇੰਡੀਅਨ ਹੈਗੇ ਨੇ ਜਿਹੜੇ ਸੋ ਜੇ 13,000 ਸਟੂਡੈਂਟ ਦੀ ਅਸੀਂ ਭਲੇ ਦੀ ਗੱਲ ਕਰਦੇ ਮੂਵ ਫਾਰਵਰਡ ਕਰਦੇ ਹਾਂ ਚੰਗੇ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਦੈਟ ਮੀਨਸ ਸਾਡੇ 2,000 ਸਟੂਡੈਂਟਸ ਦੀ ਵੀ ਜਿਹੜੀ ਉਹਨਾਂ ਦੀ ਗੁੱਡ ਜਿਹੜੀ ਆ ਹਾਂਜੀ ਬਿਲਕੁਲ ਤੇ ਭੈਣ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ ਐਟ ਦੀ ਐਂਡ ਜਿਸ ਤਰ੍ਹਾਂ ਪੂਰੀ ਸਿੱਖ ਕਮਿਊਨਿਟੀ ਲਈ ਤੁਸੀਂ ਕੀ ਮੈਸੇਜ ਕਹਿੰਦੇ ਤੁਸੀਂ ਪਹਿਲੀ ਵਾਰ TV84 ਦਰਸ਼ਕਾਂ ਦੇ ਰੂਬਰੂ ਪੂਰੀ ਸਿੱਖ ਕਮਿਊਨਿਟੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਲਸੋ ਸਪੈਸ਼ਲੀ ਸਿੱਖ ਬੀਬੀਆਂ ਨੂੰ ਤੁਸੀਂ TV84 ਰਾਹੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੋ ਮੈਂ ਪਹਿਲਾਂ ਤਾਂ ਫਿਰ ਇੱਕ ਵਾਰ ਤੁਹਾਡਾ ਦੁਬਾਰਾ ਥੈਂਕ ਯੂ ਕਰਨਾ ਮੈਂ ਵੀ ਕਦੇ ਵੈਸੇ ਟੀਵੀ ਤੇ ਪਹਿਲੀ ਵਾਰੀ ਆਈ ਹੈਗੀ ਆ ਤੇ ਮੈਂ ਇਹ ਸਮਝਦੀ ਹਾਂ ਵੀ ਸਾਰੇ ਆਪਣੀ ਜਿਹੜੀ ਕਮਿਊਨਿਟੀ ਆ ਬੜੀ ਮਜ਼ਬੂਤ ਆ ਸਟਰੋਂਗ ਵਾ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਭਰੋਸਾ ਰੱਖਣਾ ਚਾਹੀਦਾ ਵਾ ਕਿ ਕੋਈ ਵੀ ਮਤਲਬ ਜੋਬਾਂ ਦੀ ਤਾਂ ਮਤਲਬ ਹੀ ਨੀ ਕੋਈ ਜਿਹੜੇ ਮੇਰੇ ਇਲੈਕਸ਼ਨ ਦੀ ਗੱਲ ਵਾ ਨਾ ਕਿ ਤੁਸੀਂ ਇੰਨੇ ਲੋਕਾਂ ਦਾ ਮੇਰੇ 7-8 ਹਜ਼ਾਰ ਲੋਕਾਂ ਦਾ ਤੁਸੀਂ ਭਰੋਸਾ ਜਿੱਤ ਕੇ ਉਹ ਮੈਨੂੰ ਮਤਲਬ ਰਿਪ੍ਰੈਜੈਂਟੇਟ ਸਮਝਦੇ ਆਪਣਾ ਮੈਂ ਵੋਇਸ ਉਹਨਾਂ ਦੀ ਆਵਾਜ਼ ਵਾ ਹਨਾ ਇਹ ਸਾਰਿਆਂ ਨੂੰ ਬਹੁਤ ਵੱਡੀ ਗੱਲ ਹੈਗੀ ਆ ਤੇ ਮੈਂ ਇਹ ਕਹਿਣੀ ਆਪਣੀ ਕਮਿਊਨਿਟੀ ਨੇ ਕਹਿਣੀ ਵੀ ਡਰਨ ਦੀ ਲੋੜ ਨੀ ਝੱਕਣ ਦੀ ਲੋੜ ਨੀ ਜੋ ਵੀ ਸੱਚ ਸੱਚ ਹੈਗੀ ਆ ਗੱਲ ਆਪਣੇ ਜਿਹੜੇ ਅੰਦਰੋਂ ਤੁਸੀਂ ਜਿਵੇਂ ਫੀਲ ਕਰਦੇ ਉਸੇ ਤਰ੍ਹਾਂ ਸਾਨੂੰ ਆਪਣਾ ਇੱਥੇ ਰਹਿਣਾ ਸਹਿਣਾ ਚਾਹੀਦਾ ਅਮੈਰੀਕਾ ਵਰਗੇ ਮੁਲਕ 'ਚ ਸਾਡਾ ਬੜਾ ਇਹ ਮਹਾਨ ਮੈਂ ਕਹਿੰਦੀ ਹਾਂ ਹੈਗਾ ਦੇਸ਼ ਵਾ ਸਾਨੂੰ ਇਹਨਾਂ ਦੀ ਇਹਦੀ ਉੱਨਤੀ ਵਿੱਚ ਵੀ ਹਿੱਸਾ ਪਾਉਣਾ ਚਾਹੀਦਾ ਵਾ ਕਿਉਂਕਿ ਸਾਨੂੰ ਇਸ ਮੁਲਕ ਨੇ ਇੰਨਾ ਕੁਛ ਦਿੱਤਾ ਹੈਗਾ ਵਾ ਇਹ ਜਿਹੜੀ ਆ ਮੇਰਾ ਜਿਹੜਾ ਟਾਈਮ ਜਿਹੜਾ ਮੈਂ ਲਾਉਣੀ ਆ ਮੈਂ ਵਾਲੰਟੀਅਰ ਵਰਕ ਹੈਗਾ ਵਾ ਇਹ ਸਮਝਿਆ ਮੇਰੇ ਦੇਸ਼ ਦੀ ਸੇਵਾ ਮੇਰੇ ਵੱਲੋਂ ਤੇ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਆ ਪਰ ਆਪਾਂ ਨੂੰ ਠੀਕ ਆ ਜੇ ਕਿਸੇ ਦੀ ਚੋਇਸ ਆ ਜੇ ਕਿਸੇ ਨੇ ਨਹੀਂ ਕੇਸ ਰੱਖਣੇ ਪੱਗ ਨਹੀਂ ਬਣਨੀ ਉਹਦੀ ਮਰਜ਼ੀ ਹੈਗੀ ਆ ਪਰ ਇਸ ਦਾ ਕੋਈ ਰੀਜ਼ਨ ਨਹੀਂ ਹੋਣਾ ਚਾਹੀਦਾ ਕਿ ਅਸੀਂ ਜੀ ਹੁਣ ਪੱਗ ਲਾ ਦਈਏ ਤੇ ਸਾਨੂੰ ਜੋਬ ਨਹੀਂ ਮਿਲਣੀ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੇ ਤੁਸੀਂ ਆਪਣੀ ਜਿਹੜੀ ਕੁਆਲੀਫਿਕੇਸ਼ਨ ਵਿੱਚ ਸਾਰੇ ਕਸਬੇ ਵਿੱਚ ਪੂਰੇ ਹੋ ਰੀਜ਼ਨ ਕਿ ਤੁਹਾਡੇ ਨਾਲ ਕੋਈ ਡਿਸਕ੍ਰਿਮੀਨੇਟ ਕਰੇ ਪਰ ਆਈ ਆਲਸੋ ਅੰਡਰਸਟੈਂਡ ਕਿ ਕੋਈ ਕੋਈ ਕਿਤੇ ਕਿਤੇ ਰੇਸ਼ੀਅਲ ਐਲੀਮੈਂਟਸ ਹੈਗਾ ਉਹ ਸਾਰੇ ਥਾਂ ਤੇ ਹੁੰਦਾ ਵਾ ਨਾਟ ਓਨਲੀ ਇਨ ਅਮਰੀਕਾ ਜੋ ਇੰਡੀਆ 'ਚ ਵੀ ਹੁੰਦਾ ਸਾਡੇ ਸਿੱਖਾਂ 'ਚ ਵੀ ਹੁੰਦਾ ਵਾ ਰਾਈਟ ਤੇ ਸੋ ਉਹਨੂੰ ਤਾਂ ਮਤਲਬ ਆਪਾਂ ਓਵਰਕਮ ਕਰਨਾ ਹੀ ਹੌਲੀ ਹੌਲੀ ਸਮਝਾ ਬਣਾ ਕੇ ਸੋ ਮੈਸੇਜ ਮੇਰਾ ਇਹੀ ਰਹੂਗਾ ਵੀ ਆਪਾਂ ਮਤਲਬ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਬੜੀ ਪ੍ਰੇਰਨਾ 'ਚ ਸਾਰੇ ਲੋਕਾਂ ਲੋਕਾਈ ਦੀ ਸੇਵਾ ਕਰਨ ਵਾਸਤੇ ਕਿਹਾ ਉਹਨਾਂ ਨੇ ਹਨਾ ਤੇ ਅਸੀਂ ਇਹ ਸੇਵਾ ਦਾ ਇੱਕ ਬੜਾ ਵਧੀਆ ਮੌਕਾ ਵਾ ਸਾਨੂੰ ਆਪਣੇ ਸਕੂਲਾਂ ਦੇ ਨਾਲ ਸਿਟੀ ਕਾਉਂਸਲ ਦੇ ਨਾਲ ਜਿੱਥੇ ਵੀ ਅਸੀਂ ਬੈਠੇ ਹਾਂ ਆਪਣੇ ਆਂਢ ਗੁਆਂਢ ਦੇ ਨਾਲ ਅਮੈਰੀਕਨ ਭਾਈਚਾਰੇ ਨਾਲ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਅੱਗੇ ਵਧਣਾ ਚਾਹੀਦਾ
ਇਹ ਆਪਣਾ ਉਹ ਫਰਜ਼ ਸਮਝਣ ਕਿ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਜਿਹੜੀ ਗੁਰਮੁਖੀ ਦੇ ਅੱਖਰ ਨੇ ਉਹਨਾਂ ਨੂੰ ਸਿਖਾਉਣ ਤੇ ਉਹਨੂੰ ਪੜ੍ਹਾਉਣ ਤੇ ਜਪਜੀ ਸਾਹਿਬ ਦਾ ਪਾਠ ਜੇ ਕਰਾ ਸਕਦੀਆਂ ਨੇ ਪੜ੍ਹਨਾ ਸਿਖਾ ਸਕਦੀਆਂ ਨੇ ਉਹ ਜ਼ਰੂਰ ਕਰਨ ਤੇ ਇੰਨਾ ਜੇ ਅਸੀਂ ਕਰ ਲੈਂਦੇ ਗੁਰੂ ਸਾਹਿਬ ਸਾਡੇ ਸਾਰਿਆਂ ਤੇ ਬਹੁਤ ਜ਼ਿਆਦਾ ਕਿਰਪਾ ਆਪ ਹੀ ਕਰਦੇ ਸਾਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਬਿਲਕੁਲ ਭੈਣ ਜੀ ਥੈਂਕ ਯੂ ਸੋ ਜੀ ਭੈਣ ਜੀ ਥੈਂਕ ਯੂ ਸੋ ਮਚ ਫੋਰ ਯੋਰ ਟਾਈਮ ਸਾਡਾ ਟਾਈਮ ਹੁਣ ਬ੍ਰੇਕ ਵੱਲ ਜਾ ਰਿਹਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਯੂ ਆਰ ਡੂ ਰਾਈਟ ਕਿ ਲਾਈਕ ਸਿੱਖ ਧਰਮ ਦੇ ਵਿੱਚ ਸਿੱਖ ਬੀਬੀਆਂ ਨੂੰ ਬਰਾਬਰੀ ਦਾ ਹੱਕ ਹੈ ਅਸੀਂ ਚਾਹਵਾਂਗੇ ਕਿ ਤੁਹਾਡੇ ਵਰਗੀ ਬੀਬੀਆਂ ਜਾਂ ਹੋਰ ਵੀ ਸਾਰੀ ਬੀਬੀਆਂ ਬਹੁਤ ਸਾਰੀਆਂ ਸਾਹਮਣੇ ਆਉਣ ਆਪਣੇ ਕਰਤੱਵ ਆਪਣੇ ਰਿਸਪੋਂਸੀਬਿਲਟੀ ਨੂੰ ਸਮਝਣ ਸਾਹਮਣੇ ਆਪਣੇ ਸਾਹਮਣੇ ਸਾਡੇ ਆਉਣ ਹੋਰ ਵੀ ਬਾਕੀ ਸਿੱਖ ਬੀਬੀਆਂ ਦੇ ਵਿੱਚ ਅਵੇਅਰਨੈਸ ਐਂਡ ਇਸੇ ਤਰ੍ਹਾਂ ਮਾਣ ਸਾਨੂੰ ਦਿੰਦੇ ਰਹਿਣ ਐਂਡ ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਂਡ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ Viewers, this is Nali Vakthoga, a short break. Keep watching News TV 84. We'll be right back after a short break.